ਫਰੀਦਕੋਟ ਵਿੱਚ ਵਿਜੀਲੈਂਸ ਬਿਊਰੋ ਨੇ ਇੱਕ ਸੇਲ ਟੈਕਸ ਇੰਸਪੈਕਟਰ ਨੂੰ 40,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ ਜਦਕਿ ਇਸੇ ਮਾਮਲੇ ਵਿੱਚ ਇੱਕ ETO ਦੀ ਤਲਾਸ਼ ਵੀ ਜਾਰੀ ਹੈ। ਇਸ ਸਾਰੇ ਮਾਮਲੇ ਸੰਬੰਧੀ ਫਰੀਦਕੋਟ ਤੋਂ ਵਿਜੀਲੈਂਸ ਬਿਊਰੋ ਦੇ ਨਵ ਨਿਯੁਕਤ ਕਪਤਾਨ ਪਰਮਜੀਤ ਸਿੰਘ ਨੇ ਦੱਸਿਆ ਹੈ। ਇਹ ਕੱਲ ਅਸੀਂ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਜਿਹੜੇ ਇੰਸਪੈਕਟਰ ਨੇ ਵਿਕਾਸ ਕੁਮਾਰ, ਇਹ ਫਾਜ਼ਿਲਕਾ ਮੋਬਾਈਲ ਵਿੰਗ ਹੈ ਉਹਦੇ ਵਿੱਚ ਤੈਨਾਤ ਸੀ, ਉਹਨਾਂ ਨੂੰ 40,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਪਕੜਿਆ ਹੈ। ਸਾਡੇ ਕੋਲ ਆ ਕੇ ਦੀਪਕ ਗੋਇਲ ਨੇ ਜਿਹੜੇ ਸ਼ਿਕਾਇਤਕਰਤਾ, ਜਿਨ੍ਹਾਂ ਦੀ ਫਰੀਦ ਇੰਟਰਪ੍ਰਾਈਜ਼ ਦੇ ਨਾਮ ਹੇਠ ਫਰਮ ਹੈ ਇੱਕ, ਜੋ ਖਿਡੌਣਿਆਂ ਦਾ ਕਾਰੋਬਾਰ ਵੀ ਕਰਦੇ ਨੇ, ਇਹਨਾਂ ਨੇ ਆ ਕੇ ਜਿਹੜੀ ਹੈ ਸਾਡੇ DSP ਕੇਵਲ ਕ੍ਰਿਸ਼ਨ ਜੀ ਜਿਹੜੇ ਮੋਗਾ ਤੈਨਾਤ ਨੇ ਵਿਜੀਲੈਂਸ ਦੇ ਵਿੱਚ, ਉਹਨਾਂ ਕੋਲ ਸ਼ਿਕਾਇਤ ਕੀਤੀ ਸੀ ਅਤੇ ਜਿਸਦੇ ਜਿਹੜਾ ਹੈ ਉਹਨਾਂ ਦਾ ਬਿਆਨ ਲਿਖਿਆ, ਜਿਸਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇਹ ਟਰੈਪ ਕੀਤਾ ਗਿਆ ਹੈਗਾ। ਅਤੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਉਹਦੇ ਮੁਤਾਬਕ ਦੱਸਿਆ ਗਿਆ ਵੀ ਉਹਨਾਂ ਨੇ ਲੁਧਿਆਣੇ ਤੋਂ ਜਿਹੜਾ ਪਲਾਸਟਿਕ ਦਾਣਾ ਹੈ ਉਹ ਲੈ ਕੇ ਆ ਰਹੇ ਸੀ ਇੱਕ ਕੈਂਟਰ ਦੇ ਵਿੱਚ ਲੋਡ ਕਰਕੇ। ਜਦੋਂ ਉਹ ਬਾਘਾ ਪੁਰਾਣਾ ਪਹੁੰਚੇ ਤਾਂ ਮੋਬਾਈਲ ਵਿੰਗ ਦੇ ਜਿਹੜੇ ETO ਨੇ ਰਾਜੀਵ ਪੁਰੀ ਜੀ ਅਤੇ ਨਾਲ ਜਿਹੜੇ ਉਹਨਾਂ ਦੇ ਇਹ ਜਿਹੜਾ ਵਿਕਾਸ ਕੁਮਾਰ ਇੰਸਪੈਕਟਰ ਸੀ, ਇਹਨਾਂ ਨੇ ਉਹਨਾਂ ਨੂੰ ਰੋਕਿਆ ਅਤੇ ਉਹ ਜਿਹੜਾ ਗੱਡੀ ਦੇ ਕੋਲ ਲੋੜੀਂਦੇ ਡਾਕੂਮੈਂਟ ਹੈ ਨਹੀਂ ਸੀ, ਜਿਸ ਕਰਕੇ ਉਹਨਾਂ ਨੇ ਗੱਡੀ ਦਾ ਉੱਥੇ ਰੋਕ ਕੇ ਚਲਾਨ ਕਰ ਦਿੱਤਾ। ਅਤੇ ਉਹਦੇ ਵਿੱਚ ਲਿਖਿਆ ਹੋਇਆ ਸੀ ਵੋਰ ਆ ਕੇ ਸਾਨੂੰ ਮਿਲਣ ਇਹ, ਅਤੇ ਜਦੋਂ ਉਹਦੇ ਉੱਤੇ ਜਿਹੜਾ ਫੋਨ ਨੰਬਰ ਲਿਖਿਆ ਹੋਇਆ ਸੀ ਉਹਦੇ ਮੁਤਾਬਕ ਇਹਨਾਂ ਨੇ ETO ਨਾਲ ਸੰਪਰਕ ਕੀਤਾ ਤਾਂ ETO ਨੇ ਉਹਨਾਂ ਨੂੰ ਗਿੱਦੜਵਾਹਾ ਆ ਕੇ ਮਿਲਣ ਲਈ ਕਿਹਾ। ਇਹ ਜਦੋਂ ਗਿੱਦੜਵਾਹੇ ਗਏ ਤਾਂ ਇਹਨਾਂ ਨੂੰ ਉਹਨਾਂ ਨੇ ਆਖਿਆ ਵੀ ਤੁਹਾਡੀ ਗੱਡੀ ਦੇ ਵਿੱਚ ਜਿਹੜਾ ਮਾਲ ਹੈ ਉਹਦੇ ਮੁਤਾਬਕ ਤੁਹਾਨੂੰ 5 ਲੱਖ ਦੇ ਕਰੀਬ ਜਿਹੜੀ ਪੈਨਲਟੀ ਭਰਨੀ ਪਵੇਗੀ। ਅਤੇ ਜਿਸ ਦੇ ਉੱਤੇ ਬਾਅਦ ਦੇ ਵਿੱਚ ਉਹਨੇ ਇਹ ਕਿਹਾ ਵੀ ਜੇਕਰ ਤੁਸੀਂ ਆਪਦਾ ਇਹ ਪੈਨਲਟੀ ਤੋਂ ਬਚਾਅ ਕਰਨਾ ਚਾਹੁੰਦੇ ਹੋਗੇ ਹੋ ਤਾਂ ਅਸੀਂ ਇਹ ਜਿਹੜੀ ਇਹ ਪੈਨਲਟੀ ਤੁਹਾਡੀ ਘਟਾ ਦੇਵਾਂਗੇ। ਇਹਦੇ ਬਦਲੇ ਉਹਨਾਂ ਨੇ 80,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਬਾਅਦ ਦੇ ਵਿੱਚ ਜਿਹੜਾ ਸੌਦਾ ਹੈਗਾ ਇਹਨਾਂ ਦਾ 40,000 ਰੁਪਏ ਦੇ ਵਿੱਚ ਤੈਅ ਹੋ ਗਿਆ, ਜਿਹਦੇ ਮੁਤਾਬਕ ਜਿਹੜਾ 60,000 ਰੁਪਈਆ ਉਹ ਪੈਨਲਟੀ ਦਾ ਦੇ ਦੇਣਾ ਸੀ ਇਹਨਾਂ ਨੇ ਅਤੇ ਇਹ 40,000 ਰੁਪਏ ਰਿਸ਼ਵਤ ਦੇ ਰੂਪ ਵਿੱਚ ਦੇ ਦੇਣਾ ਸੀ। ਜਿਹੜੇ ਨੇ ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਦਾ ਕੰਮ ਨਹੀਂ ਸੀ ਕਰਾਉਣਾ ਚਾਹੁੰਦਾ, ਇਸ ਕਰਕੇ ਉਹਨਾਂ ਨੇ ਵਿਜੀਲੈਂਸ ਨੂੰ ਇਤਲਾਹ ਦਿੱਤੀ, ਜਿਸ ਦੇ ਉੱਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਵੱਲੋਂ ਇਹ ਕੱਲ੍ਹ ਟਰੈਪ ਕੀਤਾ ਗਿਆ ਹੈਗਾ। ਅਤੇ ਇਹਦੇ ਇਹ ਟਰੈਪ ਦੇ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 1 ਜਿਹੜਾ ਹੈ ਉਹ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਵਿਖੇ ਇਹ ਦਰਜ ਹੋਇਆ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।